ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ 21 ਮਾਰਚ ਤੋਂ 26 ਮਾਰਚ ਤੱਕ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ 21 ਮਾਰਚ ਤੋਂ 23 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 24 ਮਾਰਚ ਤੋਂ 26 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਦੌਰਾਨ ਪੰਜਾਬ ਦੇ ਕੋਨੇ ਕੋਨੇ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਅਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸਾਡੇ ਵੱਲੋਂ ਯੋਗ ਪ੍ਰਬੰਧ ਕੀਤੇ ਜਾ ਰਹੇ ਹੈ। ਉਨ੍ਹਾਂ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਅਤੇ ਰੰਗ ਰੋਗਨ ਦੀ ਸੇਵਾ ਅੰਤਿਮ ਛੋਹਾਂ ਤੇ ਹੈ। ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਸ਼ਰਾਰਤੀ ਅਤੇ ਮਾੜੇ ਅੰਸਰਾਂ ਤੇ ਨਿਗਰਾਨੀ ਰੱਖਣ ਦੇ ਲਈ 200 ਦੇ ਕਰੀਬ CCTV ਕੈਮਰੇ ਵੱਖ-ਵੱਖ ਸਥਾਨਾਂ ਤੇ ਲਗਾ ਕੇ ਨਿਰੰਤਰ ਨਿਗਰਾਨੀ ਰੱਖੀ ਜਾਵੇਗੀ ਅਤੇ ਇਹਨਾਂ ਵਿਸ਼ੇਸ਼ ਸਥਾਨਾਂ ਤੇ ਉਹਨਾਂ ਵੱਲੋਂ ਮੁਲਾਜ਼ਮ ਵੀ ਤੈਨਾਤ ਕੀਤੇ ਜਾਣਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸਾ ਪੰਥ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬੜੇ ਜਾਹੋ ਜਲਾਲ ਅਤੇ ਧੂਮਧਾਮ ਸ਼ਰਧਾ ਦੇ ਸਤਿਕਾਰ ਦੇ ਨਾਲ ਮਿਤੀ 21 ਤਰੀਕ ਤੋਂ ਲੈ ਕੇ 21 ਮਾਰਚ ਤੋਂ ਲੈ ਕੇ 26 ਮਾਰਚ ਤੱਕ ਉਹ ਮਨਾਇਆ ਜਾਣਾ ਹੈ, ਜਿਸ ਦੀ ਆਰੰਭਤਾ 20 ਅਤੇ 21 ਦੀ ਦਰਮਿਆਨੀ ਰਾਤ ਨੂੰ 5 ਨਗਾਰਿਆਂ ਦੀ ਚੋਟ ਦੇ ਨਾਲ ਜਿਹੜੀ ਆਰੰਭਤਾ ਜਿਹੜੀ ਹੋਣੀ ਹੈ, ਜਿਸ ਵਿੱਚ ਲੱਖਾਂ ਸੰਗਤਾਂ ਨੇ ਨਤਮਸਤਕ ਹੋਣਾ, ਸੰਗਤਾਂ ਦੀ ਸਹੂਲਤ ਵਾਸਤੇ ਰਿਹਾਇਸ਼ ਔਰ ਵਿਸ਼ੇਸ਼ ਲੰਗਰਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ, ਔਰ ਇੱਕ ਹਰ ਵਾਰ ਜਿਹੜਾ ਸ਼੍ਰੋਮਣੀ ਕਮੇਟੀ ਜਿਸ ਤਰ੍ਹਾਂ ਵਿਸ਼ੇਸ਼ ਪ੍ਰਬੰਧ ਕਰਦੀ ਆ ਇੰਸ਼ੋਰੈਂਸ ਦਾ, ਬੀਮੇ ਦਾ, ਉਹ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਉਹ ਪ੍ਰਬੰਧ ਕੀਤਾ ਗਿਆ। ਪਰਮਾਤਮਾ ਕਰੇ ਇਹੋ ਜਿਹੀ ਘਟਨਾ ਕਿ ਨਾ ਵਾਪਰੇ, ਪਰ ਫਿਰ ਵੀ ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਵਿਸ਼ੇਸ਼ ਜਿਹੜਾ ਪ੍ਰਬੰਧ ਕੀਤਾ ਗਿਆ। ਪਰ ਮੇਲੇ ਦੇ ਸਮੇਂ ਹਰ ਚੰਗਾ ਮਾੜਾ ਅੰਸਰ ਕਈ ਵਾਰ ਕੋਈ ਆ ਜਾਂਦੇ ਆ, ਉਹਨਾਂ 'ਤੇ ਨਜ਼ਰ ਰੱਖਣ ਵਾਸਤੇ ਸੰਗਤ ਦੇ ਵਾਸਤੇ ਤਕਰੀਬਨ 200 ਦੇ ਕਰੀਬ ਜਿਹੜੇ ਅਸੀਂ CCTV ਕੈਮਰੇ ਆ ਉਹ ਵੱਖ ਵੱਖ ਜਗ੍ਹਾ 'ਤੇ ਲਾਏ ਜਾਣਗੇ, ਔਰ ਇੱਕ ਵੱਖਰਾ ਪੈਨਲ ਤਿਆਰ ਕਰਕੇ ਅਸੀਂ ਉਹਨਾਂ ਦੇ ਵਗੈਰਾ ਸਾਡੇ ਮੁਲਾਜ਼ਮ ਬੈਠਣਗੇ, ਔਰ ਹਰ ਪੁਆਇੰਟ 'ਤੇ ਜਿਹੜੀ ਉਹ ਪੂਰੀ ਚੌਕਸੀ ਅਤੇ ਨਿਗਰਾਨੀ ਰੱਖੀ ਜਾਊਗੀ। ਔਰ ਮੈਂ ਇੱਕ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਮੇਲੇ ਦੇ ਵਿੱਚ ਜਿਹੜਾ ਸਿੰਗਲ ਯੂਜ ਪਲਾਸਟਿਕ ਆ ਉਹ ਨਾ ਵਰਤੀਏ, ਤਾਂ ਕਿ ਸਾਫ਼ ਸੁਥਰਾ ਜਿਹੜਾ ਵਾਤਾਵਰਨ ਆ ਉਹ ਅਸੀਂ ਇੱਥੇ ਦੇ ਸਕੀਏ। ਸਾਨੂੰ ਸਹਿਯੋਗ ਤੁਹਾਡੇ ਦੀ ਲੋੜ ਹੈ। ਔਰ ਲੰਗਰਾਂ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਵੀ ਲੰਗਰ ਲਾਉਣੇ ਆ ਉੱਥੇ ਵੀ ਆਪਾਂ ਅਸੀਂ ਲੰਗਰ ਦਾ ਜਿਹੜਾ ਪੂਰਾ ਸਫਾਈ ਦਾ ਪ੍ਰਬੰਧ, ਕੋਈ ਸਬਜ਼ੀਆਂ ਦੀ ਵੇਸਟੇਜ ਵੀ ਹੋਰ ਆ ਉਹਨਾਂ ਵਾਸਤੇ ਸਪੈਸ਼ਲ ਕੋਈ ਉੱਥੇ ਅਸੀਂ ਆਪਣਾ ਡਸਟਬਿਨ ਵਗੈਰਾ ਲਾ ਲਈਏ ਅਤੇ ਜਿਹਨਾਂ ਨੂੰ ਆਪਾਂ ਬਾਅਦ ਦੇ ਵਿੱਚ ਜਿਹੜਾ ਉਹ ਕਿਤੇ ਸਾਈਡ 'ਤੇ ਆਪਾਂ ਕਰ ਸਕਦੇ ਹਾਂ। ਔਰ ਜਿਹੜੇ ਨੌਜਵਾਨ ਵੀਰ ਮੇਰੇ ਆ ਇੱਥੇ ਆਉਂਦੇ ਆ ਹੋਲੇ ਮਹੱਲੇ ਦਰਸ਼ਨ ਕਰਨ ਵਾਸਤੇ, ਉਹ ਗੁਰੂ ਦੀ ਭਾਵਨੀ ਦੇ ਵਿੱਚ ਆ ਕੇ ਦਰਸ਼ਨ ਮੇਲੇ ਕਰਨ, ਕਿਸੇ ਤਰ੍ਹਾਂ ਦੀ ਕੋਈ ਹੁਲੜਬਾਜ਼ੀ, ਕੋਈ ਸਟੰਟਬਾਜ਼ੀ, ਕੋਈ ਵੱਡੇ ਵੱਡੇ ਸਪੀਕਰ ਲਾ ਕੇ ਗੱਡੀਆਂ 'ਤੇ ਵੀ ਹੋਰ ਇਹੋ ਜਿਹੀ ਸਟੰਟਬਾਜ਼ੀ ਉਹ ਨਾ ਕਰਨ। ਸੰਗਤਾਂ ਨੂੰ ਆਪ ਵੀ ਸ਼ਰਧਾ ਦੇ ਸਤਿਕਾਰ ਦੇ ਨਾਲ ਦਰਸ਼ਨ ਮੇਲੇ ਕਰਨ, ਔਰ ਸੰਗਤਾਂ ਨੂੰ ਵੀ ਜਿਹੜਾ ਸਤਿਕਾਰ ਦੇ ਨਾਲ ਦਰਸ਼ਨ ਮੇਲੇ ਕਰਨ ਦੇਣ। ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।